ਡੋਲੀ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਮੇਨ ਰੋਡ 'ਤੇ ਬੀਤੀ ਦੇਰ ਸ਼ਾਮ ਹੋਇਆ ਇੱਕ ਦਰਦਨਾਕ ਸੜਕ ਹਾਦਸਾ। ਸੜਕ ਹਾਦਸੇ ਵਿੱਚ ਹੋਈ ਇੱਕ ਵਿਅਕਤੀ ਦੀ ਮੌਤ, ਇੱਕ ਨੂੰ PGI ਚੰਡੀਗੜ੍ਹ ਵਿਖੇ ਕੀਤਾ ਗਿਆ ਰੈਫਰ। ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਮੇਨ ਰੋਡ 'ਤੇ ਬੀਤੇ ਦੇਰ ਸ਼ਾਮ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਦੀ ਮੌਤ ਅਤੇ ਦੂਸਰੇ ਗੰਭੀਰ ਜ਼ਖਮੀ ਨੂੰ PGI ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਇੱਕ ਆਲਟੋ ਕਾਰ ਅਤੇ ਟਰੱਕ ਦੇ ਵਿੱਚ ਆਹਮਣੇ ਸਾਹਮਣੇ ਹੀ ਟੱਕਰ ਹੋ ਗਈ, ਜਿਸ ਦੇ ਫਲਸਰੂਪ ਪਿੰਡ ਦੜੋਲੀ ਦੇ ਵਾਸੀ ਰਜਿੰਦਰ ਕੁਮਾਰ ਅਤੇ ਰਾਹੁਲ ਕੁਮਾਰ, ਜੋ ਕਿ ਆਲਟੋ ਕਾਰ ਵਿੱਚ ਸਵਾਰ ਸਨ, ਅਤੇ ਐਕਸੀਡੈਂਟ ਦੌਰਾਨ ਰਾਹੁਲ ਕੁਮਾਰ ਦੀ ਮੌਤ ਹੋ ਗਈ, ਜਦਕਿ ਰਜਿੰਦਰ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਦੇ ਫਲਸਰੂਪ ਉਸਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ASI ਬਲਵੀਰ ਸਿੰਘ ਨੇ ਦੱਸਿਆ ਕਿ ਅਜੇ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਅਤੇ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ। ਟਰੱਕ ਦਾ ਹਾਦਸਾ ਹੋਇਆ, ਜਿਹਦੇ 'ਚ ਦੋ ਨੌਜਵਾਨ ਬਾਕੀ ਪਿੰਡ ਚਰੌਲੀ ਦੇ, ਜਿਹਦੇ 'ਚ ਇੱਕ ਰਜਿੰਦਰ ਸਿੰਘ ਅਤੇ ਇੱਕ ਰਾਹੁਲ, ਜਿਹਦੇ ਵਿੱਚ ਰਾਹੁਲ ਦੀ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਡਰੋਡੇਡ ਦਿੱਤਾ ਅਤੇ ਦੂਜਾ ਜਿਹੜਾ 132 ਰੈਫਰ ਕੀਤਾ ਗਿਆ। ਇਹਦੇ ਬਾਰੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।